ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਪਾ ਗੱਲ ਕਰਦੇ ਪੰਜਾਬ ਦੇ ਅੱਜ ਦੇ ਮੌਸਮ ਦੀ ਜੇਕਰ ਲਾਈਵ ਸੈਟਲਾਈਟ ਤਸਵੀਰਾਂ ਦੇਖੀਏ ਤਾਂ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਪੂਰੇ ਹੀ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਹੋਈ ਹੈ ਕਿਤੇ ਜ਼ਿਆਦਾ ਸੰਘਣੀ ਬੱਦਲਵਾਈ ਹੈ ਕਿਤੇ ਥੋੜੀ ਘੱਟ ਆ ਪਰ ਬੱਦਲਵਾਈ ਜਿਹੜੀ ਪੂਰੇ ਪੰਜਾਬ ਦੇ ਵਿੱਚ ਛਾਈ ਹੋਈ ਹੈ ਤੇ ਆਪਾਂ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂ ਕਿ ਅੱਜ ਕਿੱਥੇ-ਕਿੱਥੇ ਮੀਂਹ ਪਊਗਾ ਤੇ ਕਿੱਥੇ ਸਿਰਫ ਬੱਦਲਵਾਈ ਰਹੂਗੀ ਤੇ ਕਿੱਥੇ ਤੇਜ਼ ਧੁੱਪ ਹੋਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਇਸ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਜੇ ਪਾ ਸ਼ੁਰੂ ਕਰਦੇ ਅੱਜ ਜਿਹੜੇ ਮਾਝੇ ਦੇ ਇਲਾਕੇ ਨੇਗੇ ਇਹਨਾਂ ਦੇ ਵਿੱਚ ਆਉਂਦਾ ਜੀ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਤੇ ਗੁਰਦਾਸਪੁਰ ਇਹਨਾਂ ਦੇ ਵਿੱਚ ਥੋੜੇ-ਬਹੁਤ ਜਿਹੜੇ ਮੀਂਹ ਦੇ ਚਾਂਸ ਨੇ ਉਹ ਦੱਸੇ ਹੋਏ ਨੇਗੇ ਲਗਭਗ ਆਪਾਂ ਕਹਿ ਸਕਦੇ ਹਾਂ 50% ਤੱਕ ਇਹਨਾਂ ਦੇ ਵਿੱਚ ਮੀਂਹ ਦੇ ਚਾਂਸ ਦੱਸੇ ਹੋਏ ਨੇਗੇ ਪਰ ਬੱਦਲਬਾਈ ਹੈ ਜਿਹੜੀ ਉਹ ਇਹਨਾਂ ਦੇ ਖੇਤਰਾਂ ਦੇ ਵਿੱਚ ਰਹੂਗੀ ਹਲਕੀ-ਬੁਲਕੀ ਬੱਦਲਬਾਈ ਉਹ ਇਹਨਾਂ ਦੇ ਪੂਰੇ ਖੇਤਰਾਂ ਦੇ ਵਿੱਚ ਸਾਰਾ ਦਿਨ ਹੀ ਰਹੂਗੀ ਇਸ ਤੋਂ ਬਾਅਦ ਅਸੀਂ ਕਰਪਾ 도ਆਬੇ ਦੀ ਗੱਲ ਕਰੀਏ ਇਹਦੇ ਵਿੱਚ ਖੇਤਰ ਆਉਂਦੇ ਨੇ ਜੀ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਬੂਰਥਲਾ ਤੇ ਜਲੰਧਰ ਇਨਾਂ ਦੇ ਵਿੱਚ ਵਿੱਚ ਥੋੜੀ-ਬਹੁਤ ਬਦਲਵਾਈ ਰਹੂਗੀ ਪਰ ਇਨਾਂ ਦੇ ਵਿੱਚ ਜਿਹੜੇ ਕਾਫੀ ਖੇਤਰ ਉਹਨਾਂ ਦੇ ਵਿੱਚ ਮੀਂਹ ਵੀ ਰਹੇਗਾ। ਇਨਾਂ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਦਾ ਸਿਲਸਲਾ ਜੀ ਉਹ ਸ਼ੁਰੂ ਹੋਊਗਾ ਲਗਭਗ 9:30 ਵਜੇ ਤੋਂ ਹਲਕੀ-ਫੁਲਕੀ ਬੂੰਦਾਬੰਦੀ ਹੋਊਗੀ ਜਿੱਦਾਂ ਸ਼ਹੀਦ ਭਗਤ ਸਿੰਘ ਨਗਰ ਮੋਹਾਲੀ ਤੇ ਹੁਸ਼ਿਆਰਪੁਰ ਦੇ ਕੁਸ਼ਕ ਖੇਤਰਾਂ ਦੇ ਵਿੱਚ ਜਿਹੜੀ ਹਲਕੀ-ਫੁਲਕੀ ਬੂੰਦਾਬੰਦੀ ਉਹ 9:30 ਵਜੇ ਤੋਂ ਸ਼ੁਰੂ ਹੋਊਗੀ। ਕਰੀਬ 4:30 ਵਜੇ ਤੱਕ ਇਨਾਂ ਇਲਾਕਿਆਂ ਦੇ ਵਿੱਚ ਮੀਂਹ ਦਾ ਸਿਲਸਲਾ ਉਹ ਜਿਹੜਾ ਚੱਲੂਗਾ। ਕਦੇ ਹਟੇਗਾ ਕਦੇ ਪੈਗਾ ਇਸ ਤਰ੍ਹਾਂ ਦਾ ਰਹੂਗਾ ਜੀ ਬਦਲ ਹੋ ਨਾਲ ਹੀ ਨਾ ਕਿਤਰਾ ਦੇ ਵਿੱਚ ਅਸਲ ਵਿੱਚ ਤੁਸੀਂ ਇਹ ਲਾਈਵ ਸੈਟਲਾਈਟ ਤਸਵੀਰਾਂ ਤੋਂ ਦੇਖ ਸਕਦੇ ਹੋ ਕਿ ਕਿਹੜੇ ਸਾਡੇ ਨਾਲ ਦੇ ਸਰਹੱਦੀ ਖੇਤਰ ਨੇ ਉਹਨਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਜਿੱਦਾਂ ਸ਼ਿਮਲਾ ਹੋ ਗਿਆ ਸੋ ਇਹਨਾਂ ਦੇ ਨਾਲ ਦੇ ਖੇਤਰਾਂ ਦੇ ਵਿੱਚ ਮੀਂਹ ਬਹੁਤ ਪੈ ਰਿਹਾ ਪਟਿਆਲਾ ਤੇ ਚੰਡੀਗੜ੍ਹ ਦੇ ਵਿੱਚ ਵੀ ਇਸ ਕਰਕੇ ਜਦੋਂ ਹੀ ਇਹ ਸਿਸਟਮ ਪਹੁੰਚੀ ਉਹਦੀ ਇੱਥੇ ਮੀਂਹ ਸ਼ੁਰੂ ਹੋ ਜਾਣਾ ਲਗਭਗ ਪਟਿਆਲਾ ਦੇ ਵਿੱਚ 10:30 ਵਜੇ ਤੇ ਚੰਡੀਗੜ੍ਹ ਵਿੱਚ 12:30 ਦੇ ਕਰੀਬ ਮੀਂਹ ਇੱਥੇ ਸ਼ੁਰੂ ਹੋ ਜਾਣਾ ਇਹ ਰਹੂਗਾ ਥੋੜਾ ਟਾਈਮ ਪਰ ਆਉਣਾ ਜ਼ਰੂਰੀ ਏ ਜੀ ਸੋ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਪੂਰਬੀ ਮਾਲਕੀ ਦੇ ਖੇਤਰਾਂ ਦੀ ਇਹਦੇ ਵਿੱਚ ਹੁੰਦੇ ਨੇ ਬਰਨਾਲਾ ਲੁਧਿਆਣਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਸਾਬਜਦਦ ਜੀ ਸਿੰਘ ਨਗਰ ਮੋਹਾਲੀ ਸੋ ਜੇਕਰ ਇਥੋਂ ਆਪਾਂ ਦੇਖੀਏ ਲੁਧਿਆਣੇ ਦੇ ਵਿੱਚ ਅਸ ਥੋੜਾ ਥੋੜਾ ਮੀਂਹ ਆਵੇਗਾ ਤੇ ਪਟਿਆਲਾ ਸ਼ਹਿਰ ਦਾ ਅਜੀ ਸਿੰਘ ਨਰਮਹਾਲੀ ਤਿੰਨੇ ਇਲਾਕਿਆਂ ਦੇ ਵਿੱਚ ਥੋੜਾ ਥੋੜਾ ਜਿਹੜਾ ਜਮੀਂ ਆਵੇਗਾ ਜਿੰਨਾ ਸਾਨੂੰ ਪਹਿਲਾਂ ਹੀ ਦੱਸੂ ਕੀ ਚੁੱਕੇ ਆ ਪਰ ਇਹ ਜਿਹੜੇ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਤੇ ਰੂਪਨਗਰ ਨੇਗੇ ਇਹਨਾਂ ਦੇ ਵਿੱਚ ਬਦਲਵਾਈ ਰਹੇਗੀ ਇਹ ਮੀਂਹ ਨਹੀਂ ਆਵੇਗਾ ਪਰ 25% ਤੱਕ ਮੀਂਹ ਦੇ ਚਾਂਸ ਨੇ ਪਰ ਬਦਲਵਾਈ ਇਹਨਾਂ ਦੇ ਵਿੱਚ ਬੁਰਾ ਦਿਨ ਲਈ ਰਹੂਗੀ ਸੋ ਇਸ ਤੋਂ ਬਾਅਦ ਜੇਕਰ ਆਪਾਂ ਪੱਛਮੀ ਮਾਲਵੇ ਦੀ ਗੱਲ ਕਰੀਏ ਇਹਦੇ ਵਿੱਚ ਆਉਂਦੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੋਕਸਰ ਮੋਗਾ ਤੇ ਬਠਿੰਡਾ ਇਹ ਖਿੱਤਨੇ ਜਿਹੜੇ ਹੈ ਅਜੇ ਪੂਰੇ ਹੀ ਸੁੱਕੇ ਰਹਿਣਗੇ ਇੱਥੇ ਟੀ ਬਦਲਵਾਈਆ ਉਹ ਥੋੜੇ ਟਾਈਮ ਬਾਅਦ ਖਤਮ ਹੀ ਹੋਣ ਵਾਲੀ ਹੈ ਜੀ ਲਗਭਗ ਚੱਕੀ ਜਾਊਗੀ 1:30 ਤੋਂ ਬਾਅਦ ਜਿਹੜਾ ਮੌਸਮਾ ਥੋੜਾ ਬਹੁਤ ਸਾਫ਼ ਹੋਣਾ ਸ਼ੁਰੂ ਹੋਊਗਾ ਪਰ ਤੁਹਾਨੂੰ ਇੱਥੇ ਇਹ ਵੀ ਦੱਸਦੀ ਕਿ ਜਿਹੜੇ ਮੌਸਮਾ ਅਜਵੇਂ ਅਸੀਂ ਪੂਰਾ ਦਿਨ ਇਦਾਂ ਚੱਲੂਗਾ ਥੋੜਾ ਬਹੁਤ ਹੀ ਸਾਫ਼ ਹੋ ਜਾਊਗਾ ਪਰ ਉਹ ਬਿਲਕੁਲ ਹੀ ਮੀਂਹ ਦੇ ਪੱਖੋਂ ਇਹ ਖਿੱਤਨੇ ਜਿਹੜੇ ਪੱਛਮੀ ਮਾਲਵੇ ਦੇ ਫਲੋਸਪੁਰ ਫਰੀਦਕੋਟ ਮੁਕਸਰ ਮੋਗਾ ਤੇ ਬਠਿੰਡਾ ਇਹ ਬਿਲਕੁਲ ਹੀ ਸੁੱਕੇ ਰਹਿਣਗੇ ਸੋ ਤੁਹਾਨੂੰ ਐਂ ਲਾਈ ਸੈਟਲਾਈਟ ਦੀਆਂ ਤਸਵੀਰਾਂ ਤੋਂ ਵੀ ਜਿੱਦਾਂ ਪਤਾ ਹੀ ਲੱਗ ਰਿਹਾ ਕਿ ਜਿਹੜੀ ਬੱਦਲਵਾਈ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਰਹਿਣੀ ਆ ਤੇ ਪੂਰਾ ਦਿਨ ਹੀ ਰਹੂਗੀ ਹਲਕੀ ਫੁਲਕੀ ਕਿਤੇ ਨਾ ਕਿਤੇ ਘੱਟ ਸਕਦੀ ਹੈ ਕਿਤੇ ਨਾ ਕਿਤੇ ਇੱਕਦਮ ਵੱਧ ਵੀ ਸਕਦੀ ਆ ਪਰ ਜਿਹੜੀ ਪੂਰੇ ਪੰਜਾਬ ਦੇ ਵਿੱਚ ਹੀ ਰਹੂਗੀ ਤੇ ਮੀਂਹ ਆ ਪਰ ਜਿਹੜੇ ਉਹ ਸਿਰਫ ਪਟਿਆਲਾ ਚੰਡੀਗੜ੍ਹ ਰੂਪਨਗਰ ਮੁਹਾਲੀ ਤੇ ਲੁਧਿਆਣੇ ਦੇ ਕੋਸ਼ਤ ਖੇਤਰਾਂ ਦੇ ਵਿੱਚ ਆਉਣਗੇ ਜੇ ਉਹ ਵੀ ਥੋੜੇ ਟਾਈਮ ਲਈ ਬਾਕੀ ਖੇਤਰ ਨੇ ਉਹ ਮੀਂਹ ਤੋਂ ਬਿਲਕੁਲ ਹੀ ਬਾਂਝੇ ਰਹਿਣਗੇ ਪੂਰੇ ਦਿਨ ਲਈ ਅੱਜ